ਸਾਹਮਣੇ ਸੜਕ ਭਰੀ ਜਾਂਦੀ ਆ ਪਾਣੀ ਦੀ। ਉਲਝ ਗਈ ਏ ਕਹਾਣੀ ਵੇ। 7:30 ਵਜੇ ਦਾ ਸਮਾਂ, ਬਸ ਜਿਮ ਤੋਂ ਵਾਪਸੀ ਆਏ ਆ ਘਰੇ ਤੇ ਹੁਣੀ ਹੁਣੀ ਤੇ ਆ ਕੜਤੀ ਧੁੱਕੀ ਝੱਖੜ ਨੇ। ਚਾ ਛੋਟਾ ਪੱਥਰ ਕੀ ਰਹੇਗਾ? ਠੀਕ ਹੈ ਜੀ, ਸਤਨਾਮ ਸ਼੍ਰੀ ਵਾਹਿਗੁਰੂ। ਜਿਮ ਤੋਂ ਆ ਗਏ ਵਾਪਸ, ਘਰ ਦੀ ਡਿਊਟੀ ਸ਼ੁਰੂ। ਗਾਂ ਤਾਂ ਜੰਦਰੀ ਹੈਗੇ। ਮਿਲੂਗਾ ਮਿਲੂਗਾ ਮਿਲੂਗਾ, ਸਭ ਨੂੰ ਮਿਲੂਗਾ, ਸਭ ਕੋ ਮਿਲੇਗਾ। ਹਰ ਜਾਤ ਲਾ ਨਾ ਲਈ ਖੜੇ। ਸ਼ਾਬਾਸ਼। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਵਾਗਤ ਹੈ ਆਪਣੇ ਨਵੇਂ ਬਲੌਗ 'ਚ। ਅੱਜ 18 ਚੇਤ 31 ਮਾਰਚ, ਅਤੇ ਅੱਜ ਟੁੱਟਣਗੇ ਬਾਈ ਠੇਕੇ ਛੇਕੇ, ਅਤੇ ਮਿਲੂਗਾ ਪਤਲਾ ਛਤਲਾ ਰੰਗ ਬਿਰੰਗਾ ਪਾਣੀ ਅਤੇ ਗੋਲੀਆਂ ਕੈਪਸੂਲ ਨਾਲ ਹੀ, ਦਾਰੂ ਪੀ ਪੀ ਲਿਖਣਗੇ ਲੋਕ। ਅਤੇ ਸਵਾਗਤ ਹੈ ਜੀ ਫਿਰ ਤੋਂ ਨਵੇਂ ਬਲੌਗ 'ਚ, ਅਤੇ ਧੰਨਵਾਦ ਵੀਡੀਓ 'ਤੇ ਕਲਿੱਕ ਕਰਨ ਵਾਸਤੇ, ਅਤੇ ਐਂਡ ਤੱਕ ਜ਼ਰੂਰ ਦੇਖੋ, ਲਾਈਕ ਪਹਿਲੇ ਹੀ ਕਰ ਦਿਉ, ਨਵੇਂ ਚੈਨਲ 'ਤੇ ਸਬਸਕ੍ਰਾਈਬ ਕਰ ਲਿਓ, ਅਤੇ ਬਲੌਗ ਤੁਹਾਨੂੰ ਵਾਕਈ ਘੈਂਟ ਲੱਗਣ ਵਾਲਾ। ਅਤੇ ਭਾਈ ਮੱਝਾਂ ਦੀ ਲੇਟੀ ਦਾਣੇ ਤੋਂ ਦਿਨ ਸ਼ੁਰੂ ਹੋ ਗਿਆ, ਅਤੇ ਭਾਈ ਖਰਾਬ ਮੌਸਮ ਲਗਾਤਾਰ ਬਣਿਆ ਹੋਇਆ, ਅਤੇ ਸਵੇਰੇ ਦੀਆਂ ਕਣੀਆਂ ਕੁਣੀਆਂ ਡਿੱਗੀ ਜਾਂਦੀਆਂ ਨੇ। ਦੂਜਾ ਪੱਥਰ ਚੱਕ ਲਿਆ ਪਾਪਾ? ਠੀਕ ਆ। ਅਤੇ ਮੈਂ ਭਾਈ ਪਹਿਲੇ ਹੀ ਬਲੌਗ ਸਟਾਰਟ ਕਰ ਲਿਆ ਫਿਰ। ਮੰਮੀ ਇਹ ਕਿਹਨੂੰ ਧਰਨਾ ਗਾ? ਕੋਨੀ ਮੱਝ ਨੂੰ ਭਾਈ, ਅਤੇ ਬਾਕੀ ਦਿਖਾਉਣੇ ਆਪਣੀ ਦਿਨ ਚਾਰਿਆ। ਤੁਸੀਂ ਦੁਬਾਰੇ ਫਿਰੇ ਸੀ ਇਹਨੂੰ ਕਮਾਉਣ ਲੱਗ ਗਏ ਕਿ ਹੱਥ ਸਾਫ਼ ਕਰਾਉਣੇ ਉਹ ਤੋਂ? ਚੱਲ ਵਧੀਆ, ਜੱਟ ਪ੍ਰਮੋਸ਼ਨ ਭਰ ਲਈ ਨੂੰ। ਕੰਮ ਭਾਈ ਚਿੱਕੜੋ ਚਿੱਕੜੀ ਹੋਇਆ ਪਿਆ, ਅਤੇ ਚਿੱਕੜੋ ਚਿੱਕੜੀ ਹੋਇਆ ਪਿਆ, ਦਾਸ ਲੇਟੀ ਦਾਣੇ ਵੰਡੀ ਜਾਂਦੇ ਆ। ਅਤੇ ਵੇਖਦੇ ਅੱਜ ਦਾ ਕੰਮ ਕਰ ਖੜ ਜਾ ਤੂੰ, ਮੈਨੂੰ ਨਾਲੇ ਫੋਨ ਡਿਗਾਏ ਜੀ ਨਾਲੇ। ਖਾਲਾ ਖਾਲਾ ਖਾਲਾ, ਯੈਸ ਚੈੱਕ ਭਾਈ। ਅਤੇ ਮੌਸਮ ਭਾਈ ਅੱਜ 31 ਤਰੀਕ, ਜਿਵੇਂ ਮੈਂ 31 ਮਾਰਚ 'ਚ ਵੜ ਗਿਆ ਸੀਗਾ ਠੇਕੇ ਵਾਲਿਆਂ ਪਾਸੇ, ਅਤੇ ਚਲੋ ਭਾਈ ਉਹ ਤਾਂ ਜਿਹੜੇ ਨੇ ਜਾਣਾ ਉਹ ਤਾਂ ਜਾ ਕੇ ਰਹਿਣਗੇ, ਅਤੇ ਖਰਾਬ ਮੌਸਮ ਦੀ ਗੱਲ ਇਹ ਆ ਅਤੇ ਭਾਈ 1-2 ਅਪ੍ਰੈਲ ਤੱਕ ਫਿਰ ਮੌਸਮ ਉਹਦੇ ਖਰਾਬ ਹੀ ਹੋਣਗੇ ਹਲੇ। ਅਤੇ ਖੈਰ ਸੁੱਖ ਰੱਖੇ ਦਾ ਤਾਂ ਬਸ, ਅਤੇ ਹੜੀਆਂ ਜਿੰਨੀਆਂ ਕੁ ਬਚੀਆਂ ਉਨੀਆਂ ਕੁ ਬਚੀਆਂ ਰਹਿਣ, ਅਤੇ ਬਾਕੀ ਦੇਖਦੇ ਹਾਂ ਆਪਣੀ ਕਿਹੋ ਜਿਹੀ ਰਹਿੰਦੀ ਹੈ ਦਿਨ ਚਾਰ ਐਂਡ ਤੱਕ। ਲਾਈਵ ਹੀ ਦੇਖਿਓ, ਅਤੇ ਲਾਈਕ ਵਾਲਾ ਅੰਗੂਠਾ ਇਹ ਦੱਬ ਦਿਆ ਕਰੋ, ਅਤੇ ਹੋ ਸਕੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਲਿਆ ਕਰੋ। ਅਤੇ ਫਿਲਹਾਲ ਤਾਂ ਜਿੰਮ ਤੋਂ ਵਾਪਸ ਆ ਕੇ ਹੁਣੇ ਹੁਣੇ ਪ੍ਰਸ਼ਾਦਾ ਪਾਣੀ ਛਕਿਆ ਹੈਗਾ, ਅਤੇ ਦੇਖਦੇ ਆਪਣਾ ਕੰਮ ਕਾਰ ਕੀ ਕਰੂਗਾ ਹੁਣ। 11:45 ਦਾ ਸਮਾਂ, ਅਤੇ ਸੂਰਜ ਨੇ ਭਾਈ ਦਿੱਤੇ ਦਰਸ਼ਨ, ਥੋੜ੍ਹੀ ਜਿਹੀ ਧੁੱਪ ਨਿਕਲੀ ਮੱਠੀ ਮੱਠੀ, ਅਤੇ ਇੱਧਰੋਂ ਕਣਕ ਵਾਲਾ ਢੋਲ ਆਪਣਾ ਖਾਲੀ ਹੋ ਗਿਆ, ਅਤੇ ਮੁੰਡੇ ਕਹਿੰਦੇ ਧੁੱਪ ਲਵਾ ਦਈਏ, ਅਤੇ ਸਪੈਸ਼ਲ ਬੰਦਾ ਸੱਦਿਆ ਗੁਆਂਢ 'ਚੋਂ ਗੁਰਪੀਤਾ, ਅਤੇ ਧੰਨਵਾਦ ਭਾਈ ਤੇਰਾ ਸਵਾਗਤ ਆ, ਅਤੇ ਪਾ ਲਾ ਹੱਥ ਫਿਰ। ਓ ਬੱਲੇ 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 ਬੱਲੇ, ਜਾਣਾਂਗੇ ਬਾਹਰ ਰੱਖ ਕੇ ਕੋਈ ਨਾ। ਉੱਧਰ ਤਾਂ ਅੱਜ ਦੀ ਸੇਵਾ ਲੱਗੀ ਜਾਂਦੀ ਆ, ਇੱਧਰ ਮੱਝ ਸੀਗੀ, ਝਾੜ ਲੈਂਦੇ ਕਿ ਇੱਧਰ ਪਿੱਛੇ ਰੱਖ ਕੇ। ਕੀ ਲਿਆਂਦਾ ਤਾਜ, ਆ ਕੀ ਪਿਆ ਹੋਵੇ, ਆ ਕੀ ਰੱਖਦਾ ਇੱਥੇ? ਮੰਤੀ ਨੇ, ਮੰਤੀ ਚਾਚੇ ਨੇ। ਅਤੇ ਮੈਂ ਕੌਫੀ ਬਣਾਉਣ ਲੱਗਿਆ ਸੀਗਾ ਦੁੱਧ 'ਚ ਪਾ ਕੇ, ਅਤੇ ਇਹ ਮੈਨੂੰ ਦੇਖਦੀ ਹੁੰਦੀ ਜਿੰਮ ਜਾਣ ਵੇਲੇ, ਕਹੀ ਚਾਹ ਜਿੰਮ 'ਚ ਅਸੀਂ ਕੌਫੀ ਪਾਣੀ 'ਚ ਪਾ ਕੇ ਪੀਂਦੇ ਹੁੰਦੇ ਹਾਂ ਕੋਸੇ 'ਚ, ਅਤੇ ਬਈ ਮੇਰੀ ਭਤੀਜੀ ਸਹਿਜ ਇਹ ਕਹਿੰਦੀ ਮੈਂ ਤਾਂ ਪਾਣੀ 'ਚ ਪਾ ਕੇ ਪੀਊਂਗੀ, ਚੱਲ ਇੱਕ ਘੁੱਟ ਭਰ ਕੇ ਦਿਖਾ, ਹੁਣ ਹਟਦੀ ਨਹੀਂ ਸੀ ਕਦੋਂ ਦੀ, ਘੁੱਟ ਤਾਂ ਭਰੀ ਨਹੀਂ, ਦੁਬਾਰੇ ਭਰ ਘੁੱਟ, ਮੈਂ ਦੇਖੂੰਗਾ ਸਾਹਮਣੇ ਮੈਂ। ਕੌੜੀ ਆ ਮੂੰਹ ਨਹੀਂ ਖੋਲਦੀ, ਜਾਣ ਕੇ ਕੌੜੀ ਆ, ਹੈਂ ਘੱਟ ਭਾਈ ਆ, ਕਿੱਥੇ ਆ ਦੂਜੀ? ਅੱਛਾ ਕੌਫੀ ਦੇ ਵਿੱਚ ਪਈ ਹੈਗੀ, ਤਾਂਹੀਓ ਮੈਂ ਕਿਹਾ ਕੌੜੀ ਕਿਉਂ ਨਹੀਂ ਲੱਗਦੀ ਤੈਨੂੰ, ਸਾਰੀ ਨਹੀਂ ਪਾਉਣੀ ਸੀ, ਠੀਕ ਹੈ ਬੇਟੇ, ਚੱਲ ਕੋਈ ਨਾ ਥੋੜ੍ਹੀ ਤਾਂ ਪੀ ਲਾ, ਦੂਜੀ ਉਹ ਦੁੱਧ ਵਾਲੀ ਕੌਫੀ ਪੀ ਲਿਓ ਉਹ ਉੱਬਲ ਕੇ ਜਦੋਂ, ਚੰਗਾ
ਪੀ ਕੇ ਕਾਫੀ ਇਹਦੇ ਨੱਚੀ ਜਾਂਦੀ ਦੱਸਤਾ ਤੇ ਬੇਬੇ ਨੂੰ ਪੱਲੀ ਕਿਵੇਂ ਬਣਾਉਣੀ ਆ ਮੂੰਹ ਕਿੱਧਰ ਆ ਗਾਈਆਂ ਦੇ ਮੰਮੀ ਕਹਿੰਦੇ ਗਾਈਆਂ ਦੇ ਮੂੰਹ ਸਿੱਧੇ ਕਰਾ ਕੇ ਜਾਓ ਭਾਈ ਮੇਰੇ ਨਾਲ ਐ ਨੂੰ ਹੋ ਜਾ ਪੁੱਤਰ ਐ ਨੂੰ ਇੱਧਰ ਆਏ ਹਾਂ ਐਵੇਂ ਆਏ ਹੋਊਗਾ ਯੈਸ ਉਹਨਾਂ ਲਿਆ ਸਹੀ ਇੱਥੇ ਹੁਣ ਸਿੱਧੇ ਹੋ ਗਏ ਇੱਕ ਪਾਸੇ ਚੈੱਕ ਹੁਣ ਗਾਈਆਂ ਦੇ ਮੂੰਹ ਸਿੱਧੇ ਹੋ ਗਏ ਇੱਕ ਪਾਸੇ ਇੱਧਰ ਨੂੰ ਨਹੀਂ ਨਹੀਂ ਆ ਲੈ ਆਈ ਇੱਧਰ ਪੈਰ ਨੇ ਮੰਮੀ ਮੇਰੇ ਬੰਨੇ ਗਾਈ ਦੇ ਹਾਂ ਮੂੰਹ ਤਾਂ ਇਹੀ ਆ ਪੈਰ ਕਿਉਂ ਲਾਈ ਜਾਂਦੇ ਗਊ ਮਾਤਾ ਦੇ ਮੰਮੀ ਚੌੜ ਕਰਦੇ ਆ ਚਲ ਹੋਰੇ ਫਿਰ ਤੇਜ਼ੀ ਫੜ ਗਏ ਤੇ ਨੈਟ ਜਿੱਦਣ ਵੀ 80-90% ਮੀਂਹ ਦਿਖਾਉਂਦਾ ਹੋਵੇ ਉਦਣ ਬਈ ਆ ਮੀਂਹ ਪੱਕਾ ਲਾਜ਼ਮੀ ਆਉਂਦਾ ਹੀ ਆਉਂਦਾ ਕਿ ਚਲੋ ਐਂ ਖੜਾ ਮੀਂਹ ਆਈ ਜਾਵੇ ਬਿਨਾਂ ਹਵਾ ਤੋਂ ਫਿਰ ਵੀ ਖੈਰ ਸੁੱਖਾ ਅਤੇ ਫਿਲਹਾਲ ਅੱਜ ਸ਼ਾਂਤੀ ਨਾਲ ਮੀਂਹ ਆਇਆ ਕੋਈ ਜ਼ਿਆਦਾ ਹਵਾ ਨਹੀਂ ਬਸ ਮਾੜੀ ਮੋਟੀ ਹਲਦੀ ਆ ਕੋਈ ਟਾਣੀ ਅਤੇ ਖੈਰ ਸੁੱਖੀ ਰਹੇ ਪਾਣੀ ਜਮ੍ਹਾਂ ਹੀ ਆ ਜਾਂਦਾ ਸੂਏ ਨਹਿਰ ਵਾਂਗੂ ਅਤੇ ਹੁਣੀ ਝੁੱਟੀ ਲਾ ਕੇ ਡਿਆ ਪੂਰੀ ਤੇਜ਼ ਘੱਟ ਜਾਂਦਾ ਫਿਰ ਵੱਧ ਜਾਂਦਾ ਅਤੇ ਸਾਹਮਣੇ ਸੜਕ ਭਰੀ ਜਾਂਦੀ ਆ ਪਾਣੀ ਦੀ ਬਿਜਲੀ ਕੜਕ ਕੇ ਅੜੀ ਆ ਪੂਰੇ ਜ਼ੋਰਦਾਰ ਅਤੇ ਕੇਰਾਂ ਤਾਂ ਇਹੀ ਲੱਗਿਆ ਸੀ ਇੱਥੇ ਨੇੜੇ ਡਿੱਗ ਪਈ ਹੁੰਦੀ ਆ ਕਿਤੇ ਸਮਾਂ ਭਾਈ 2:33 ਹੋ ਗਏ ਆ ਅਤੇ ਮੀਂਹ ਸਵੇਰ ਦਾ ਕਦੇ ਆ ਜਾਂਦਾ ਕਦੇ ਹਟ ਜਾਂਦਾ ਹੀ ਕੰਮ ਚੱਲੀ ਜਾਂਦਾ ਗਾ ਅਤੇ ਹੁਣ ਧੁੱਪ ਨਿਕਲਿਆ ਜੀ ਅਤੇ ਐਂ ਨਹੀਂ ਪਤਾ 5-10 ਮਿੰਟਾਂ ਨੂੰ ਫਿਰ ਪਹਾੜੀ ਕੰਮ ਹੋਇਆ ਪਿਆ ਪਹਾੜੀ ਮੌਸਮ ਉਸ ਤਰ੍ਹਾਂ ਜਿਹਾ ਸਿਸਟਮ ਹੋਇਆ ਪਿਆ ਹੈਗਾ ਅਤੇ ਖੈਰ ਆਪਾਂ ਅੱਜ ਕੋਈ ਖਾਸ ਕੰਮ ਨਹੀਂ ਕਰਿਆ ਸੁਸਤੀ ਪਾਈ ਆ ਅਤੇ ਪੰਡ ਚੱਕ ਕੇ ਹੁਣ 10 ਲਿਜਾਂਦੇ ਆ ਘਰੇ ਅਤੇ ਨੀਰੇ ਚਾਰੇ ਦਾ ਫਿਰ ਸਮਾਂ ਹੋ ਗਿਆ ਅਤੇ ਮੱਝਾਂ ਵੀ ਬੀਂਗੀਆਂ ਜਿਹੜੀਆਂ ਉਹ ਦੇਖੀ ਜਾਂਦੀਆਂ ਸੀ ਕਿ ਕਦੋਂ ਕੁ ਆਊਗਾ ਭਾਈ ਮਾਲਕ ਸਾਡਾ ਨੀਰਾ ਚਰਾ ਪਾਉਣ ਅਤੇ ਖੈਰ ਨਾ ਸੁਣ ਆਪੇ ਪੰਡ ਚੱਕਣ ਦੀ ਕੋਸ਼ਿਸ਼ ਕਰਨਗੇ ਅਤੇ ਤੋਤੇ ਉਹਨਾਂ ਨੇ ਪਿੱਛੇ ਘਰਘਾਟ ਪੱਟਿਆ ਹੋਇਆ ਪੂਰਾ ਚਾਰਜ ਨੇਗੇ ਆ ਗਿਆ ਮਾਤੇ ਆ ਗਿਆ ਆ ਗਿਆ ਆ ਗਿਆ ਬਸ 10 ਮਿੰਟਾਂ 'ਚ ਰਜਾ ਦੂੰਗਾ ਸਾਰਿਆਂ ਨੂੰ ਇੱਥੇ ਅਤੇ 10 ਮਿੰਟ ਤਾਂ ਇਹਨਾਂ ਨੂੰ ਮੇਰੀ ਕਹਿਣ ਦੀ ਗੱਲ ਹੀ ਹੁੰਦੀ ਹੈ ਕਿ ਤੁਸੀਂ ਭਾਈ 10 ਮਿੰਟ ਖੜ੍ਹ ਜਾਓ ਮੈਂ ਨੀਰਾ ਹੁਣ ਪਾ ਦਿੰਦਾ ਅਤੇ ਇਹਨੇ ਨਾਲ ਇਹ ਇਹਨਾਂ ਨੂੰ ਐਂ ਹੋ ਜਾਂਦਾ ਵੀ ਛੇਤੀ ਰਲ ਜੂ ਨੀਰਾ ਅਤੇ ਯਾਰ ਮਜ਼ਾਕ ਦੀ ਗੱਲ ਆ ਮੈਂ 2 ਟਾਈਮ ਦਾ ਨੀਰਾ ਭਾਈ ਰਲਾਉਣਾ ਹੁੰਦਾ ਮਤਲਬ ਜਿਹੜਾ ਸਵੇਰੇ ਖਾਣਗੀਆਂ ਉਹ ਵੀ ਮੈਂ ਇਸ ਵੇਲੇ ਰਲਾ ਦਿੰਦਾ ਉਹਨਾਂ ਇਕੱਠੇ ਅਤੇ ਕਿਉਂਕਿ ਹਜੇ ਤਾਂ ਠੰਡ ਹੀ ਹੁੰਦੀ ਆ ਹਜੇ ਤਾਂ ਕੋਈ ਮੁਸ਼ਕਲ ਤਾਂ ਨਹੀਂ ਖਰਾਬ ਨਹੀਂ ਹੁੰਦਾ ਗਾ ਅਤੇ ਤਾਂ ਇੱਥੇ ਫਿਰ ਇਸ ਵੇਲੇ ਡਬਲ ਝੁੱਟੀ ਲੱਗ ਜਾਂਦੇ ਮੈਂ 35-40-45 ਮਿੰਟ ਇੰਨਾ ਕੁ ਟਾਈਮ ਮੇਰਾ ਬਸ ਲਗਾਤਾਰ ਲੱਗ ਹੀ ਜਾਂਦੇ ਹੈਗੇ ਅਤੇ 8-10 ਪਸ਼ੂਆਂ ਦਾ ਫਿਰ ਨੀਰਾ ਲਾਉਣਾ ਇੰਨਾ ਕੁ ਟਾਈਮ ਤਾਂ ਵੀ ਸੁਭਾਵਿਕ ਹੀ ਆ ਭਾਈ ਇਹ 2 ਟਾਈਮਾਂ ਦਾ ਲਾਉਣਾ ਅਤੇ ਜੈ ਤੂੜੀ ਦੇ ਨਾਲ ਕੀ ਲਾਈਏ ਇਹਦਾ ਸਰ ਨੇ ਕੋਈ ਜੈ ਤੂੜੀ ਦੇਵੀ ਦੀ ਬਸ ਠੀਕ ਹੈ ਅਤੇ ਚਲੋ 2 ਮਿੰਟ ਬਸ 2 ਮਿੰਟ ਹੋਰ ਟੈਣਾ ਇਹ ਤਾਂ ਖੁੱਲਣੀਆਂ 'ਚ ਖੜ ਗਿਆ ਪਾਣੀ ਓਏ ਉੜ ਚ ਗਈ ਏ ਕਹਾਣੀ ਵੇ ਚੱਲ 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 ਕਦੇ ਧੁੱਪ ਕਦੇ ਛਾਂ ਰਲ ਮਿਲ ਕੇ ਨੀਰਾ ਚਰਾ ਪਾਵਾਂਗੇ ਮੈਂ ਅਤੇ ਮੇਰੀ ਮਾਂ ਅਤੇ ਮਾਤਾ ਹੁਣ ਖਲ ਪਾਈ ਜਾਣਗੇ ਬਾਲਟੀਆਂ 'ਚ ਤੇ ਦਵਾ ਦਵਾ ਮੈਂ ਰਲਾ ਦੂੰ ਅਤੇ ਨਿਆਣਾ ਭਾਈ ਸੌਖਾ ਹੋ ਜਾਂਦਾ ਮੈਨੂੰ ਸਹਾਰਾ ਲੱਗ ਜਾਂਦਾ ਅਤੇ ਵੈਸੇ ਮੈਂ ਤਾਂ ਮਾਤਾ ਨੂੰ ਕਹਿਣਾ ਹੁੰਦਾ ਮੈਂ ਕੋਈ ਚੱਕਰ ਨਹੀਂ ਮਾਈ ਭੈਣ ਆਪ ਹੀ ਰਲਾ ਦਿੰਦਾ
गुरु माता मलो मली आ जाते ते भाई बकलियां हो रही हैं। बस बहुत आमे बहुत आ खाल माता ही पाते रोज मेनू कह तू तो भाई वादा घाटा कर दिना कई बार मैं दरियात जी भाई घट करी जाते कई बार ए लगता दूजिया बेचारिया वाद पा दी बिना दुध वाली भी दो मिनट बस तैयारी है जमी चैक शाम का समा पाई जिम की ड्यूटी का हो गया दो चोबर आप रोक के रखे तीजा इन्होंने एक होर स्पेयर रख लिया की हाल भाई साहब कैंटा धुप पूरी चिंगाड़ेदार निकले हुई है बदल भाई कह रहा था बिखर गया जाके लाने जिम की ड्यूटी के डोले शोले की कड़ते हैं तुक्की कहते डोला तो शोला जो कट्ठा लावे दुगना वाद है बैठ मैं तेन डिकी आता तेरी क्लिप के बच्चे आऊगी आऊगी तू भी जाना कि जिम ही चलेंगे किधर अगे हो अगे रेहड़ी पा लेंगे रेहड़ी पाने जिम की ड्यूटी भी अपनी हजे चली जाती है इधरों भाई रब होने फिर आ कई कवाड़े चक्की जिम आले मुंडे अपना स्नेहा लाता सी भाई जल्दी जल्दी अपने रोटियां के नेड़े हो जाओ घरों घरी जाके तो कि ना हो फिर भिजे जूहे मंगू जाओ तो बाकी अपना वर्कआउट हो गया से कंप्लीट तो समा भाई 7 बजे के नेड़े हो गया तो भाई साहब दीपू हरे खड़े नाल गल्लां बातां फरमा रहे थे कणियां उत्तों डिग रही नहीं हाँ रब भाई उवें चक्कर की आखी हूँ लग्या होगा लंघ जा बस समाप्ति है इतनी अपने अज के प्रोग्राम की उम्मीद करते हैं वधिया लगे हो लाइक लाजमी कर दो नवे है चैनल से सबसक्राइब कर लियो जो फेसबुक से देख रहे हो तो पेज में फॉलो भी कर लियो तो बाकी जो वधिया लगता तो दोस्तों मित्रों शेयर जरूर कर लिया करो इस तरह देसी परदेसी ब्लॉग लैके हाजिर होते रहेंगे तो मिलते हैं फिर कल नवे ब्लॉग के नाल सत श्री अकाल जी सारों 7:30 बजे का समा बस जिम तो वापसी आए हैं घरें तो हूँ हूँ तो आ कड़ती धुकी झखड़ ने बड़ा ज्यादा तेज आ